ਉਮਰ ਪੜਦੇ ਆ ਬੁੱਢੀ ਹੋਈ ਹਾਲੇ ਇਲਮ ਅਯਾਨਾ ਉਮਰ ਪੜਦੇ ਆ ਬੁੱਢੀ ਹੋਈ ਹਾਲੇ ਇਲਮ ਅਯਾਨਾ ਸਮਝੇ ਆਪਣੇ ਆਪ ਨੂੰ ਦਾਨਾ ਪਰ ਜਾਹਲ ਰਹਾ ਨਿਮਾਣਾ ਨਾਦਰ ਸ਼ਾਹ ਦੇ ਲਸ਼ਕਰ ਵਾਂਗੂ ਮਿੱਧ ਗਿਆ ਏ ਪੈਰਾ ਥੱਲੇ ਕਿਹੜੇ ਬਸਨੋ ਚੇਤੇ ਆਵੇ ਸਾਨੂੰ ਵਕਤ ਪੁਰਾਣਾ ਖਾ ਜਾਣਾ ਸੀ ਰੱਬ ਨੂੰ ਵੇਚ ਕੇ ਕਰਕੇ ਹੇਰਾ ਫੇਰੀ ਖਾ ਜਾਣਾ ਸੀ ਰੱਬ ਨੂੰ ਵੇਚ ਕੇ ਕਰਕੇ ਹੇਰਾ ਫੇਰੀ ਜੇਕਰ ਮੁੱਲਾ ਵਾਂਗੂ ਹੁੰਦਾ ਮੈਂ ਵੀ ਏਡ ਸਿਆਣਾ ਅਸੀਂ ਉਹਨਾਂ ਚੋਂ ਨਾ ਹੀ ਜਿਹੜੇ ਮਰਨ ਲਈ ਹੀ ਜੰਮੇ ਨੇ ਅਸੀਂ ਉਹਨਾਂ ਚੋਂ ਨਾ ਹੀ ਜਿਹੜੇ ਮਰਨ ਲਈ ਹੀ ਜੰਮੇ ਅਸੀਂ ਬੁਖਾਰੀ ਦੁਨੀਆਂ ਨੂੰ ਕੋਈ ਕੰਮ ਦਿਖਾ ਕੇ ਜਾਣਾ ਅਸੀਂ ਬੁਖਾਰੀ ਦੁਨੀਆਂ ਨੂੰ ਕੋਈ ਕੰਮ ਦਿਖਾ ਕੇ ਜਾਣਾ ਇਹ ਲਾਈਨਾਂ ਨੇ ਜੀ تنویر ਬੁਖਾਰੀ ਸਾਹਿਬ ਦੀਆਂ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰਾਂ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾ ਜੱਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਜੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹਾਈ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਹਾਜ਼ਰ ਆ ਇੱਕ ਵਾਰ ਫਿਰ ਵਾਕਿਆ ਹੀ ਉਮਰਾਂ ਲੰਘ ਜਾਂਦੀਆਂ ਨੇ ਸਿੱਖਦੇ ਆਂ ਉਮਰਾਂ ਲੰਘ ਜਾਂਦੀਆਂ ਨੇ ਪੜਦੇ ਆ ਸੁਣਦੇ ਆਂ ਤੇ ਪਰ ਇਲਮ ਜਿਹੜਾ ਹੈ ਇਲਮ ਗਿਆਨ ਉਹ ਫਿਰ ਵੀ ਸਾਡਾ ਆ ਜਾਣਾ ਹੀ ਰਹਿੰਦਾ ਹੈ ਅਯਾਨਾ ਤੋਂ ਭਾਵ ਇੱਕ ਘਟ ਰਿਹਾ ਪੂਰਾ ਨਹੀਂ ਵੱਧਦਾ ਸੋ ਇਹ ਲਾਈਨਾਂ ਮੈਨੂੰ ਚੰਗੀਆਂ ਲੱਗੀਆਂ ਤੁਹਾਡੇ ਨਾਲ ਸਾਂਝੇ ਕੀਤੀਆਂ ਇਹਨਾਂ ਦੇ ਲਾਈਨਾਂ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਪ੍ਰੋਗਰਾਮ ਵਾਲੇ ਪਾਸੇ ਅਸੀਂ ਅਕਸਰ ਗੱਲ ਕਰੀਦੀ ਹੈ ਜੀ ਖਾਸ ਤੌਰ ਤੇ ਕਿ ਪੰਜਾਬ ਦੇ ਨਾਲ ਧੱਕਾ ਹੁੰਦਾ ਜਾਂ ਹੁੰਦਾ ਵੀ ਹੈ ਬਹੁਤ ਸਾਰਾ ਜਗ੍ਹਾ ਬਹੁਤ ਜਗ੍ਹਾ ਪਰ ਜਿਹੜੀ ਹੈ ਬਹੁਤ ਜਗ੍ਹਾ ਹੁੰਦਾ ਵੀ ਤੇ ਬਹੁਤ ਜਗ੍ਹਾ ਅਸੀਂ ਉਹੀ ਕਹਿ ਦਿੰਦੇ ਆਂ ਹੁਣ ਚੰਦਰਯਾਨ ਜਦੋਂ ਗਿਆ ਠੀਕ ਹੈ ਸਾਰੇ ਕਿਸੇ ਦਾ ਕੋ ਖਾਸ ਉਹਦਾ ਜਿਹੜਾ ਹੈਡ ਸੀਗਾ ਉਹਦਾ ਸਿਰਫ ਨਾਮ ਆਉਂਦਾ ਸੀ ਬਾਕੀ ਕਿਸੇ ਦਾ ਨਾਮ ਨਹੀਂ ਆਇਆ ਸੀ ਫਿਰ ਇਹ ਫੋਟੋਆਂ ਦੋ ਵਾਈਟਲ ਹੋਣੇ ਸ਼ੁਰੂ ਹੋਈਆਂ ਇੱਕ ਤਾਂ ਸਰਦਾਰ ਜੀ ਸੀਗੇ ਮਹਿੰਦਰ ਸਿੰਘ ਮਹਿੰਦਰਪਾਲ ਸਿੰਘ ਕਿ ਲਓ ਜੀ ਇਹਨਾਂ ਨੂੰ ਅਣਗੌਲਿਆ ਕੀਤਾ ਇਹ ਵੀ ਉੱਥੇ ਕੰਮ ਕਰਦੇ ਸੀ ਐ ਉਹ ਚਲੋ ਚੰਗੀ ਗੱਲ ਹੈ ਪੰਜਾਬੀ ਸੀ ਹਾਈਲਾਈਟ ਹੋਏ ਆ ਉਹ ਮਹਿੰਦਰਪਾਲ ਸਿੰਘ ਮੈਂ ਫੋਟੋ ਵੀ ਦਿਖਾ ਦਣਾ ਤੁਹਾਨੂੰ ਇਹ 35 ਸਾਲ ਤੋਂ ਇਸਰੋ ਦੇ ਵਿੱਚ ਕੰਮ ਕਰ ਰਹੇ ਨੇ ਜੀ 35 ਸਾਲ ਤੋਂ ਔਰ ਇਹ ਹੁਣ ਕੁਆਲਿਟੀ ਕੰਟਰੋਲ ਡਿਪਾਰਟਮੈਂਟ ਜਿਹੜਾ ਉਹਦੇ ਹੈਡ ਸੀਗੇ ਮੰਗਲ ਯਾਨ ਜਿਹੜਾ ਗਿਆ ਉਹਦੇ ਵੇਲੇ ਡਿਪਟੀ ਡਾਇਰੈਕਟਰ ਸੀਗੇ ਤੇ ਇਹਨਾਂ ਦੀ ਹੁਣ ਕਾਫੀ ਇੰਟਰਵਿਊ ਕਾਫੀ ਲੋਕਾਂ ਦੇ ਵਿੱਚ ਪਤਾ ਚੱਲ ਰਿਹਾ ਜਾਣਕਾਰੀਆਂ ਮਿਲ ਰਹੀਆਂ ਨੇ ਚੰਦਰਯਾਨ ਬਾਰੇ ਸੋ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆ ਜੀ ਸਾਡੇ ਪੰਜਾਬੀ ਹੋਣ ਦੇ ਨਾਤੇ ਪਤਾ ਲੱਗਾ ਕਿ ਦੋ ਪੰਜਾਬੀ ਉਹਦੇ ਚ ਪੰਜਾਬੀ ਹੋਰ ਵੀ ਹੋ ਸਕਦੇ ਨੇ ਸਿੰਘ ਨਾਮ ਵਾਲੇ ਦੋ ਉਹ ਸਿਗੇ ਪੰਜਾਬੀ ਦਾ ਕੋਈ ਮੁਸਲਮਾਨ ਭਰਾ ਵੀ ਹੋ ਸਕਦੇ ਪੰਜਾਬੀ ਦਾ ਕੋਈ ਹਿੰਦੂ ਕੋਈ ਕਿਸੇ ਵੀ ਕਮਿਊਨਿਟੀ ਨੂੰ ਸਬੰਧ ਰੱਖਦੇ ਹੋ ਸਕਦੇ ਦਸਤਾਰਦਾਰੀ ਪੰਜਾਬੀਆਂ ਦੇ ਅਸੀਂ ਗੱਲ ਕਰੀਏ ਤਾਂ ਦੋ ਪੰਜਾਬੀ ਉਹਦੇ ਚ ਸਿਗੇ ਸੋ ਮਹਿੰਦਰਪਾਲ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਚੜ੍ਹਦੀ ਕਲਾ ਚ ਪ੍ਰਮਾਤਮਾ ਰੱਖੇ ਇਸੇ ਤਰ੍ਹਾਂ ਅੱਗੇ ਵੀ ਮਾਰ ਕੇ ਜਿਹੜੇ ਮਾਰਦੇ ਰਹੇ ਅਗਲੀ ਇੱਕ ਵਧਾਈ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਬਣਦੀ ਹੈ ਜੀ ਦੇਣੀ ਇੱਕ ਨੈਸ਼ਨਲ ਐਥਲੀਟਿਕ ਐਥਲੀਟਿਕ ਗੇਮਜ਼ ਹੋ ਰਹੀਆਂ ਨੇ ਉਹਦੇ ਚੋਂ ਪੰਜਾਬੀ ਵੀ ਆਪਣਾ ਇੱਕ ਮੁੰਡਾ ਜਿਹੜਾ ਹੈਗਾ 13 ਸਾਲਾਂ ਦਾ ਉਹ ਬਰੂਸਲੀ ਦਾ ਉਹਨੇ ਰਿਕਾਰਡ ਤੋੜਿਆ ਉਹ ਪੁਸ਼-ਅਪ ਮਾਰ ਕੇ ਤੇ ਇੱਕ 골ਡ ਮੈਡਲ ਜਿੱਤੇ ਆ ਪਹਿਲਾ ਭਾਰਤ ਵਾਸਤੇ ਇੱਕ ਉਹ ਨੀਰਜ ਚੋਪੜਾ ਉਹ ਨੇਜਾ ਚਲਾਉਂਦਾ ਪਹਿਲਾਂ ਵੀ ਕਾਫੀ 골ਡ ਮੈਡਲ ਮੁੱਢ ਲਿਆ ਤੇ ਉਹਨੇ 골ਡ ਮੈਡਲ ਚ ਮਾਰਕਾ ਮਾਰਿਆ ਸੋ ਅਸੀਂ ਭਾਈ ਉਹਨੂੰ ਵੀ ਵਧਾਈ ਦਿੰਨੇ ਬਹੁਤ ਬਹੁਤ ਕਿ ਇੰਡੀਆ ਵਾਸਤੇ ਇੰਡੀਆ ਦਾ ਨਾਮ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਫਲਾਇਆ ਇਹਨਾਂ ਨੇ ਸਾਰੇ ਹੋਰ ਵੀ ਜਿੰਨੇ ਵੀ ਖਿਡਾਰੀ ਲੈ ਕੇ ਆਉਂਦੇ ਨੇ ਅਸੀਂ ਸਭ ਦੀ ਬਹੁਤ-ਬਹੁਤ ਵਧਾਈ ਦਿੰਦੇ ਹਾਂ ਸਭ ਨੂੰ ਤੇ ਸਭ ਵਾਸਤੇ ਸ਼ੁਭ ਕਾਮਨਾਵਾਂ ਜਿਹੜੀਆਂ ਉਹ ਕਰਦੇ ਆ। ਆਓ ਜੀ ਚੰਦਰਜਾਨ ਸਾਹਿਬ ਪਹੁੰਚੇ ਹੋਏ ਨੇ ਉੱਥੇ ਤੇ ਆਪਣਾ ਕੰਮ ਕਰ ਰਹੇ ਨੇ 14 ਦਿਨ ਉਹਨਾਂ ਨੂੰ ਕੰਮ ਕਰਨ ਨੂੰ ਮੌਕਾ ਮਿਲੇਗਾ ਤੇ ਉਸ ਤੋਂ ਬਾਅਦ 14 ਦਿਨ ਜੋ ਹਨੇਰਾ ਹੋ ਜਾਣਾ ਤੇ ਫਿਰ ਉਹਨਾਂ ਦੀ ਜਿਹੜੀ ਇਹ ਚੁੱਪ ਕਰ ਜਾਣਗੇ ਜਾਨੀ ਕਿਹਾ ਜਾਂਦਾ ਸੌ ਜਾਣਗੇ ਤੇ 14 ਦਿਨ ਬਾਅਦ ਫੇਰ ਉੱਠ ਕੇ ਫੇਰ ਕੰਮ ਤੇ ਲੱਗ ਜਾਣਗੇ ਜਿਵੇਂ ਆਪਾਂ ਕਰਦੇ ਆ ਰਾਤ ਹੁੰਦੀ ਸੌਜੀ ਦਾ ਸਵੇਰੇ ਉੱਠ ਕੇ ਕੰਮ ਤੇ ਲੱਗ ਜੀਦਾ ਉਹ ਵੱਖਰੀ ਗੱਲ ਆ ਵੀ ਕਈ ਰਾਤ ਨੂੰ ਵੀ ਸ਼ਿਫਟਾਂ ਲਾਉਂਦੇ ਨੇ ਤਿੰਨ-ਤਿੰਨ ਸ਼ਿਫਟਾਂ ਦੂਜੇ ਪਾਸੇ ਰਾਜਪਾਲ ਸਾਹਿਬ ਦਾ ਇੱਕ ਜਦੋਂ ਆਪਾਂ ਪ੍ਰੋਗਰਾਮ ਵੀ ਕੀਤਾ ਸੀਗਾ ਕਿ ਉਹ ਰਾਸ਼ਟਰਪਤੀ ਰਾਜ ਲਾਉਣ ਦੀ ਗੱਲ ਹੋਈ ਸੀ ਤੇ ਉਦੋਂ ਬਾਅਦ ਮੁੱਖ ਮੰਤਰੀ ਨੇ ਵੀ ਜਵਾਬ ਦਿੱਤਾ ਜਿਹੜਾ ਪਰ ਜਵਾਬ ਉਹੀ ਹੈ ਜਿਹੜੇ ਪਹਿਲਾਂ ਸੀ ਕੋਈ ਕਿਤੇ ਨਰਮੀ ਕੋਈ ਕਿਤੇ ਸਮਝੌਤੇ ਵਾਲੀ ਗੱਲ ਕੋਈ ਕਿਤੇ ਮੋੜਾ ਪੈਣ ਵਾਲੀ ਗੱਲ ਨਜ਼ਰ ਨਹੀਂ ਆਈ ਇਹ ਗੱਲ ਇੱਕ ਸਾਹਮਣੇ ਆਈ ਹੈ 16 ਚਿੱਠੀਆਂ ਆਈਆਂ ਨੇ ਤੇ ਨੌਵਾਂ ਦੇ ਜਵਾਬ ਮੈਂ ਦੇ ਦਿੱਤਾ ਛਿਆਂ ਦੇ ਜਵਾਬ ਆਹ ਹਫਤਾ ਸ਼ੁਰੂ ਹੋ ਗਿਆ ਇਸ ਹਫਤੇ ਦੇ ਵਿੱਚ ਦੇ ਦਿੱਤੇ ਜਾਣਗੇ ਤੇ ਨਾਲ ਨਾਲ ਹੋਰ ਵੀ ਕਈ ਕੁਝ ਮੁੱਖ ਮੰਤਰੀ ਸਾਹਿਬ ਗਿਣਾਗੇ ਨੇ ਖੈਰ ਕਿਸੇ ਹੱਦ ਤੱਕ ਕੋ ਗੱਲ ਸਹੀ ਵੀ ਐ ਕਿ ਹਰਿਆਣੇ 'ਚ ਇੰਨੀ ਹਿੰਸਾ ਹੋਈ ਐ ਦੋ ਫਿਰਕਿਆਂ ਵਿਚਾਲੇ ਉੱਥੇ ਕਿਸੇ ਨੇ ਰਾਸ਼ਟਰਪਤੀ ਰਾਜ ਦੀ ਗੱਲ ਨਹੀਂ ਕੀਤੀ ਮਣੀਪੁਰ ਇੰਨਾ ਜਿਆਦਾ ਮਾੜਾ ਹਾਲ ਰਿਹਾ ਉੱਥੇ ਕਿਸੇ ਨੇ ਰਾਸ਼ਟਰਪਤੀ ਰਾਜ ਦੀ ਗੱਲ ਨਹੀਂ ਕੀਤੀ ਜਦਕਿ ਲੱਗਣਾ ਚਾਹੇ ਚਲੋ ਮਣੀਪੁਰ ਇਹਨਾਂ ਦੇ ਅੰਡਰ ਨਹੀਂ ਆਉਂਦਾ ਹਰਿਆਣਾ ਤੇ ਇਹਨਾਂ ਦੇ ਜਿਹੜਾ ਹੈਗਾ ਨਾਲ ਹੀ ਹੈਗਾ ਨਾ ਵਿੱਚ ਤੇ ਹਰਿਆਣੇ ਦੀ ਗੱਲ ਕਰ ਸਕਦੇ ਸੀ ਉਹ ਕਾਫੀ ਗੱਲਾਂ ਬਾਤਾਂ ਤੋਂ ਬਾਅਦ ਹਜੇ ਵਾਪਸੀ ਬਿਆਨ ਤਾਂ ਕੋਈ ਨਹੀਂ ਆਇਆ ਰਾਜਪਾਲ ਸਾਹਿਬ ਦਾ ਪਰ ਕਹਿੰਦੇ ਹੁੰਦੇ ਵੀ ਖੋਤੀ ਬੋਰਡ ਦੇ ਥੱਲੇ ਹੀ ਆ ਹਜੇ ਹੋਰ ਨਾ ਹੋਵੇ ਖੋਤੀ ਟੋਆ ਪੱਟ ਕੇ ਬੋਰਡ ਦੇ ਇਸ਼ਤਰਾ ਤੇ ਉਹਦੇ ਵਿੱਚ ਬਹਿ ਜਵੇ ਇਹਦਾ ਕੰਮ ਨਾ ਹੋ ਜਵੇ ਉੱਥੇ ਤੁਰਨਾ ਫਿਰਨਾ ਚਾਹੀਦਾ ਮੜਾ ਮੋਟਾ ਥੋੜਾ ਬਹੁਤ ਚੰਗੇ ਪਾਸੇ ਜਾਣਾ ਚਾਹੀਦਾ ਤੇ ਦੂਜਾ ਇੱਕ ਬੜੀ ਵੱਡੀ ਖਬਰ ਜਿਹੜੀ ਆ ਰਹੀ ਆ ਉਹ ਆ ਰਹੀ ਹੈ ਕਿ ਜਿਹੜਾ ਕੋਟਕ ਪੂਰਾ ਗੋਲੀ ਕਾਰਡ ਸੀ ਉਹਦੇ ਉਹਦੀ ਚਾਰਜ ਸ਼ੀਟ ਸੈਕੰਡ ਵਾਲੀ ਦਾਖਲ ਹੋਈ ਹੈ ਪਹਿਲੀ ਚਾਪਾ ਨੂੰ ਪਤਾ ਹੈ ਸੁਖਵੀਰ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਦੀ ਪੇਸ਼ੀ ਪਈ ਸੀ ਸੈਕੰਡ ਦੇ ਵਿੱਚ ਵੀ 2502 ਪੰਨਿਆਂ ਦੀ ਇਹ ਹੈਗੀ ਆ 2502 ਪੰਨਿਆਂ ਦੀ ਚਾਰਜ ਸ਼ੀਟ ਤੇ ਨਾਮ ਸੁਖਵੀਰ ਬਾਦਲ ਸਾਹਿਬ ਸਣੇ ਨੌ ਬੰਦਿਆਂ ਦਾ ਜਿਹੜਾ ਹੈਗਾ ਉਹਦੇ ਚ ਹੁਣ ਦੇਖੋ ਇਹਦੇ ਚ ਕੀ ਨਿਕਲਦਾ ਕੀ ਨਹੀਂ ਨਿਕਲਦਾ ਪਰ ਇਓ ਲੱਗਦਾ ਵੀ ਸਾਰਾ ਜਿਹੜਾ ਉਹ ਭਾਂਡਾ ਉਹ ਵੱਡੇ ਬਾਦਲ ਸਾਹਿਬ ਦੇ ਸਿਰ ਤੋੜ ਕੇ ਧਨ ਕੇ ਭਾਂਡਾ ਤੇ ਉਹ ਉਹ ਸ਼ਾਇਦ ਬਾਕੀਆਂ ਨੂੰ ਪਾਸੇ ਕਰ ਕੁੱਲਿਆ ਜੋ ਕੀ ਹੋਊਗਾ ਉਹ ਨਾਲ ਸਮਾਂ ਦੱਸੂਗਾ ਪਰ ਚਾਰ ਸ਼ੀਟ ਦਾਖਲ ਹੋ ਗਈ ਹੈ ਜੀ ਉਦੋਂ ਬਾਅਦ ਗੱਲ ਕਰ ਲਈਏ ਇੱਕ ਇਹਨਾਂ ਨੇ ਕੋਟਾ ਹੁੰਦਾ ਜੀ ਕਹਿੰਦੇ ਅਖਤਿਆਰੀ ਕੋਟਾ ਐਮ ਐਲ ਏ ਦਾ ਫੰਡ ਹੁੰਦਾ ਮੁੱਖ ਮੰਤਰੀ ਦਾ ਫੰਡ ਹੁੰਦਾ ਉਹ ਕਹਿੰਦੇ ਘਟਾਇਆ ਹੁਣ ਹੋਰ ਫਿਰ ਘਟਾਤਾ ਮੁੱਖ ਮੰਤਰੀ ਦਾ 50 ਕਰੋੜ ਸੀ ਉਹ 37 ਕਰਤਾ 13 ਕਰੋੜ ਦਾ ਕਢਾਤਾ ਐਮਐਲਏ ਦਾ ਸੀਗਾ 1.5 ਕਰੋੜ ਤੋਂ ਉਹ 1 ਕਰੋੜ ਕਰਤਾ ਤੇ ਉਹ ਤਾਂ ਕਹਿੰਦੇ ਜੀ ਅਸੀਂ ਖਾਤੇ 'ਚ ਜਿਹੜਾ ਬੋਝ ਹਟਾ ਘਟਾਉਣ ਵਾਸਤੇ ਖਜ਼ਾਨੇ ਤੋਂ ਇਹ ਕੰਮ ਕੀਤਾ ਪਰ ਲੋਕਾਂ ਦਾ ਕਹਿਣਾ ਜੀ ਵੀ ਜੇ ਪੈਸਾ ਖਰਚੂਗੇ ਨਹੀਂ ਤੇ ਫਿਰ ਉਹਨਾਂ ਨੂੰ ਵੋਟਾਂ ਕਿੱਥੋਂ ਪੈਣਗੀਆਂ ਐਮਐਲਏ ਆਪਣੀ ਮਰਜ਼ੀ ਨਾਲ ਉਸ ਕੋਟੇ 'ਚੋਂ ਦੇ ਸਕਦਾ ਹੁੰਦਾ ਕਿਸ ਨੂੰ 5000 ਦੇਣਾ ਕਿ 10000 ਦੇਣਾ ਕਿਸੇ ਨੇ ਜਾਂਦੇ-ਜਾਂਦੇ ਚੱਕ ਦੇਣਾ ਦੇ ਸਕਦੇ ਹੁੰਦੇ ਮੁੱਖ ਮੰਤਰੀ ਵੀ ਆਪਣੇ ਚੈੱਕ ਦੇ ਸਕਦਾ ਹੁੰਦਾ ਪਰ ਉਹ ਕਹਿੰਦੇ ਵੀ ਇਸ ਕੋਟੇ ਦੀ ਦੁਰਵਰਤੋਂ ਹੋਈ ਬਹੁਤ ਜ਼ਿਆਦਾ ਪਿਛਲੇ ਸਰਕਾਰਾਂ ਵੇਲੇ ਉਹ ਅਸੀਂ ਦੁਰਵਰਤੋਂ ਜਿਹੜੀ ਆ ਉਹ ਰੋਕਣੀ ਹੈ ਇਹ اختیਾਰੀ ਕੋਟਾ ਜਿਹੜਾ ਐਮਐਲਏ ਦਾ ਆਪਦੇ ਘਟਾਇਆ ਉਹਨਾਂ ਨੇ ਕਹੇ ਦਾ ਤਾਂ ਘਟਾਇਆ ਹੀ ਨਹੀਂ ਆਪਦੇ ਤਾਂ ਇਹ ਨਹੀਂ ਵੀ ਕੱਟ ਕੇ ਆਪਣੀ ਜੇਬ ਵਿੱਚ ਪਾ ਲੈਣਗੇ ਉਹ ਖਜ਼ਾਨੇ ਜੀ ਰਹੂਗਾ ਤੇ ਉਹਨੂੰ ਖਰਚਣ ਦਾ ਢੰਗ ਜਿਹੜਾ ਹੈਗਾ ਜੇ 1 ਕਰੋੜ ਦੀ ਵੀ ਅਸੀਂ ਗੱਲ ਕਰੀਏ ਸ਼ਾਇਦ 1 ਸਾਲ ਦਾ 1 ਕਰੋੜ ਹੈਗਾ ਤੇ ਆਪਦੇ ਹਲਕੇ ਦੇ ਵਿੱਚ 1 ਕਰੋੜ ਖਰਚਣਾ ਕਿਸੇ ਐਮਐਲਏ ਨੂੰ ਸ਼ਾਇਦ ਬਹੁਤ ਜ਼ਿਆਦਾ ਤਾਂ ਨਹੀਂ ਹੈ ਪਰ ਫਿਰ ਵੀ ਗੁਜ਼ਾਰੇ लायक ਹੈਗਾ ਆਪਣੇ ਇਖਤਿਆਰੀ ਫੰਡ ਚ ਜਿਹੜੇ ਖਰਚ ਨੇ ਹੁੰਦੇ ਆ ਪਾਉਣ ਵਾਲਾ ਸਮਾਂ ਦੱਸੂ ਬਾਕੀ ਦਾ ਇੱਕ ਅਸੀਂ ਹਮੇਸ਼ਾ ਕਹਿੰਦਾ ਕਿ ਬੀਬੀਆਂ ਵੀ ਕਿਸੇ ਗੱਲੋਂ ਘਟਣੀ ਬੰਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੀਆਂ ਬਲਕਿ 2-4 ਇੰਚ ਉੱਤੇ ਵੀ ਤੁਰਦੀਆਂ ਨੇ ਬਹੁਤ ਵੱਡੇ ਵੱਡੇ ਆਉਧੇ ਤੇ ਬੀਬੀਆਂ ਨੇ ਬੜਾ ਨਾਮ ਇਹ ਖੱਟਿਆ ਬੀਬੀਆਂ ਨੇ ਪੰਜਾਬ ਦੀਆਂ ਮੇਰੇ ਖਿਆਲ ਪੰਜ ਐਸਐਸਪੀ ਨੇ ਬੀਬੀਆਂ ਡੀਸੀ ਨੇ ਬੀਬੀਆਂ ਪਰ ਜਿੱਥੇ ਬੀਬੀਆਂ ਨੇ ਨਾਮਣਾ ਖੱਟਿਆ ਮੋਢੇ ਨਾਲ ਮੋਢਾ ਜੋੜ ਕੇ ਚਲੀਆਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਤੇ ਉੱਥੇ ਹੀ ਬੀਬੀਆਂ ਹੁਣ ਬਦਨਾਮ ਹੋਈਆਂ ਨੇ ਜੀ ਨਸ਼ਾ ਤਸਕਰੀ ਵਾਸਤੇ ਔਰ ਸਿਰਫ ਨਸ਼ਾ ਤਸਕਰੀ ਵਾਸਤੇ ਨਹੀਂ ਵਣਦੇ ਵਣਦੇ ਆਪ ਵੀ ਪੈ ਗਈ ਉਹਨਾਂ ਨਸ਼ੇ ਦੀ ਆਦਤ 250 ਜਨਾਨੀਆਂ ਦੀ ਲਿਸਟ ਆਈ ਸਾਹਮਣੇ ਪੰਜਾਬ ਦੀ ਜਿਨ੍ਹਾਂ ਨੂੰ ਕੋਰੀਅਰ ਦੇ ਤੌਰ ਤੇ ਵਰਤੇ ਜਾਂਦਾ ਸੀ ਵੀ ਭਾਈ ਤੂੰ ਆ ਪੁੜੀ ਫਲਾਨੀ ਜਗ੍ਹਾ ਤੇ ਚੜ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਇੱਕ ਬੀਬੀ ਬੈਠੀ ਆ ਉਹ ਰੱਖੀ ਹੋਈ ਹੈ ਤਕੜੀ ਜੀ ਜਿਹੜੀ ਡਿਜੀਟਲ ਜਿਹੜੀ ਹੁੰਦੀ ਆ ਇਹਦੇ ਵਿੱਚ ਨੰਬਰ ਜਿਹੜੇ ਹੁੰਦੇ ਉਥੇ ਪਾ ਪਾ ਕੇ ਕੁੜੀਆਂ ਜੀ ਇਹ ਤੇ ਤੋਲੀ ਜਾਂਦੀ ਹੈ ਤੇ ਕੁੜੀਆਂ ਬਣੀਆਂ ਜਾਂਦੀ ਆ ਵੀਡੀਓ ਵਾਇਰਲ ਹੋ ਜਾਂਦੀ ਆ ਜਦ ਨੂੰ ਪੁਲਿਸ ਉੱਤੇ ਪਹੁੰਚ ਜੀ ਤੇ ਬੀਬੀ ਜਿਹੜੀ ਉਥੋਂ ਰਫੂ ਚੱਕਰ ਹੋ ਜਾਂਦੀ ਆ ਫਰ ਹੋ ਜਾਂਦੀ ਆ ਹੁਣ 250 ਜਨਾਨੀਆਂ ਜਿਹੜੀਆਂ ਵਿੱਚ ਜਿਨ੍ਹਾਂ ਚ ਬਹੁਤ ਸਾਰੀਆਂ ਆਪ ਵੀ ਨਸ਼ੇ ਤੇ ਲੱਗੀਆਂ ਨੇ ਹੁਣ ਇਹ ਕੰਮ ਸੌਖਾ ਹੋ ਗਿਆ ਜਨਾਨੀਆਂ ਨੂੰ ਕਰਨਾ ਸੌਖਾ ਥੋੜਾ ਜਿਹਾ ਲੱਗਦਾ ਕੁੜੀਆਂ ਬੰਨੀਆਂ ਬੱਸ 'ਚ ਬੈਠੇ ਕੋਈ ਟਿਕਟ ਨਹੀਂ ਲਗਣੀ ਕੋਈ ਕੁੱਛ ਨਹੀਂ ਲਗਣੀ ਫਰਾਨੀ ਜਗ੍ਹਾ ਜਾਣੀਆਂ ਤਾਂ ਉੱਥੇ ਪਹੁੰਚਾਉਣੀਆਂ ਤੇ ਬਹੁਤਾ ਸ਼ੱਕ ਵੀ ਨਹੀਂ ਕਰਦੇ ਲੇਡੀਜ਼ ਨੂੰ ਬਹੁਤਾ ਸਤਕਾਰ ਦੇ ਤੌਰ ਤੇ ਵੀ ਰੱਖਦੇ ਨੇ ਤੇ ਇਸ ਕਰਕੇ ਪਰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਕੰਮ ਦੇ ਵਿੱਚ ਪੈ ਗਈ ਜਿਆਦਾ ਜਨਾਨੀਆਂ ਜਿਹੜੀਆਂ ਉਹ ਹੈਗੀਆਂ ਸੀ ਜਿਨ੍ਹਾਂ ਦੇ ਘਰ ਵਾਲਾ ਪਹਿਲਾ ਇਸ ਕੰਮ 'ਚ ਪਿਆ ਹੋਇਆ ਤਾਂ ਨਾਲ ਉਹਦੀ ਹੈਲਪ ਕਰਾਉਣ ਲਈ ਵੀ ਚੱਲ ਤੂੰ ਐ ਕਰ ਉਹ ਬੱਸ ਸਾਡੇ ਤੇ ਖੜੇ ਦੋ ਬੰਦੇ ਇਥੋਂ ਬੱਸ ਚਾੜ ਤੂੰ ਉੱਥੇ ਉਹਨਾਂ ਨੂੰ ਫੜਾ ਕੇ ਤੇ ਆ ਪੈਸੇ ਇੰਨੇ ਉੱਤੋਂ ਫੜਦੇ ਆਉਣੇ ਆ ਇਹੋ ਜਿਹੇ ਕੰਮ 'ਚ ਪਰ ਇਹ ਬਹੁਤ ਚਿੰਤਾ ਵਾਲੀ ਗੱਲ ਹੈਗੀ ਆ ਪੰਜਾਬ ਵਾਸਤੇ ਵੀ ਸਾਡੇ ਸਾਰਿਆਂ ਵਾਸਤੇ ਵੀ ਇੱਕ ਐਸੀ ਵਿਸ਼ਾ ਵੀ ਰੱਖ ਸਕਦੇ ਆ ਅਗਲੀ ਖਬਰ ਜੇ ਸਾਡੇ ਦਰਸ਼ਕਾਂ ਨੂੰ ਚੰਗਾ ਲੱਗੂਗਾ ਤਾਂ ਕੋਈ ਵੀ ਵਿਸ਼ਾ ਰੱਖ ਸਕਦੇ ਆ ਆਪਾਂ ਚੰਦਰਯਾਨ ਗਿਆ ਜੀ ਪਰ ਜਿਸ ਜਗ੍ਹਾ ਤੇ ਲੈਂਡ ਕੀਤਾ ਉਸ ਜਗ੍ਹਾ ਦਾ ਨਾਮ ਆਪਾਂ ਨੂੰ ਪਤਾ ਹੈ ਕੀ ਰੱਖਿਆ ਗਿਆ ਹੈ ਸ਼ਿਵ ਸ਼ਕਤੀ ਪੁਆਇੰਟ ਚਲੋ ਮੋਦੀ ਸਾਹਿਬ ਨੇ ਰੱਖਿਆ ਮਰਜ਼ੀ ਉਹਨਾਂ ਦੀ ਗੱਲ ਹੋ ਗਈ ਨਿਭੜ ਗਈ ਕਿਸੇ ਨੇ ਇਹ ਨਹੀਂ ਕਿਹਾ ਵੀ ਭਾਈ ਇਹਨੂੰ ਕਲਪਨਾ ਚਾਵਲਾ ਦੇ ਨਾਂ ਤੇ ਰੱਖ ਲੋ ਕਿਸੇ ਨੇ ਇਹ ਨਹੀਂ ਕਿਹਾ ਵੀ ਇਹਨੂੰ ਅਬਦੁਲ ਕਲਾਮ ਦੇ ਨਾਂ ਤੇ ਰੱਖ ਲੋ ਕਿਸੇ ਨੇ ਕੋਈ ਨਹੀਂ ਕਿਹਾ ਚਲੋ ਨਾਮ ਰੱਖਤਾ ਧਰਮ ਨੂੰ ਘਟੂ ਘਟ ਸਾਇੰਸ ਦੇ ਵਿੱਚ ਨਾ ਵੜੋ ਰਾਜਨੀਤੀ ਵਿੱਚ ਧਰਮ ਹੈਗਾ ਬੁਰੀ ਤਰ੍ਹਾਂ ਹੈਗਾ ਸਾਇੰਸ 'ਚ ਨਾ ਵੜੋ ਚਲੋ ਉਸ ਤੋਂ ਬਾਅਦ ਇੱਕ ਇਹਨਾਂ ਦਾ ਕੋਈ ਸਵਾਮੀ ਹੈ ਬੀਜੇਪੀ ਦਾ ਸਵਾਮੀ ਚਤਰਤਾਣੀ ਬੰਨ ਕੁਛ ਨਾ ਚਤਰਪਾਣੀ ਨਾਮ ਉਹਦਾ ਦਾ ਬਿਆਨ ਤੁਸੀਂ ਸੁਣੋ ਉਹ ਕਹਿੰਦੇ ਮੋਦੀ ਸਾਹਿਬ ਨੇ Shiv Shakti ਨਾਮ ਰੱਖਿਆ ਬਹੁਤ ਵਧੀਆ ਜੀ ਹੁਣ ਉਹ ਕਹਿੰਦੇ ਮੈਂ ਮੋਦੀ ਸਾਹਿਬ ਨੂੰ ਇਹ ਸਲਾਹ ਦਿੰਦਾ ਵੀ ਉਹ ਚੰਦਰ ਦਾ ਨਾਮ ਚੰਦਰਮਾ ਦਾ ਹੁਣੇ ਹੀ ਤੁਸੀਂ ਹਿੰਦੂ ਰਾਸ਼ਟਰ ਰੱਖ ਦਿਓ ਤੇ ਜਿਹੜੀ ਜਗ੍ਹਾ Shiv Shakti ਪੁਆਇੰਟ ਆ ਉਹਨੂੰ ਬਣਾਓ ਉੱਥੋਂ ਦੀ ਰਾਜਧਾਨੀ ਫੇਰ ਆਪਾਂ ਉੱਥੇ ਬਣਾਉਣੇ ਮੰਦਿਰ ਤੇ ਫੇਰ ਹਿੰਦੂ ਰਾਸ਼ਟਰ ਦੇ ਵਿੱਚ ਉੱਥੇ ਹੁਣੇ ਹੀ ਉਹਨੂੰ ਐਲਾਨ ਕਰ ਦਿਓ ਇਸ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਵੀ ਜਾਂ ਜਿਹੜੀ ਚੀਜ਼ ਸਾਇੰਸ ਨੇ ਮਸੀ ਲੱਭੀ ਆ ਪਿੰਡ ਬੱਜਿਆ ਨਹੀਂ ਤੇ ਮੰਗਤੇ ਪਹਿਲਾਂ ਹੀ ਆ ਗਏ ਆ ਤੇ ਉੱਥੇ ਪਹਿਲਾਂ ਹੀ ਹਿੰਦੂ ਰਾਸ਼ਟਰ ਦਾ ਕਬਜ਼ਾ ਕਰਨ ਲੱਪੇ ਤੇ ਮੁੜ ਕੇ ਆਪਾਂ ਕਹਿੰਦੇ ਨੇ ਜੀ ਉੱਠ ਕੇ ਆਪਾਂ 100 ਬੰਦੇ ਕਹਿੰਦੇ ਨਹੀਂ ਜੀ ਨਹੀਂ 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 ਹਿੰਦੂ ਰਾਸ਼ਟਰ ਨਹੀਂ ਬਣੇ ਜਦੋਂ ਤਾਂ ਖਾਲਸਾਣ ਬਣਨਾ ਚਾਹੀਦਾ ਲਓ ਜੀ ਸਿਆਪੇ ਪਹਿਲਾਂ ਹੀ ਸ਼ੁਰੂ ਹੋ ਗਏ ਜਿਹੜੇ ਕੰਮ ਵਾਸਤੇ ਜਗ੍ਹਾ ਹੈਗੀ ਆ ਵੀ ਉਸ ਕੰਮ ਲਈ ਘਟੂ ਘਟ ਵਰਤਲੈਂਡ ਦੇ ਉਹ ਦੇਖ ਲੈਂਦੇ ਹੋ ਪਰਖਲੈਂਡ ਦੇ ਉਹਦੇ ਤੁਸੀਂ ਪਹਿਲਾਂ ਹੀ ਉੱਥੇ ਆਪਣਾ ਹਿੰਦੂ ਰਾਸ਼ਟਰ ਜਿਹੜਾ ਬਣਾ ਕੇ ਬਹਿ ਗਏ ਆ ਇਹ ਇੱਕ ਬੜੀ ਵੱਡੀ ਖਬਰ ਮੈਨੂੰ ਕਿ ਤੁਹਾਨੂੰ ਵੀ ਲੱਗੀ ਹੋਊਗੀ ਵੀ ਧਰਮ ਰਾਜਨੀਤੀ ਦੇ ਵਿੱਚ ਤਾਂ ਬੁਰੀ ਤਰ੍ਹਾਂ ਹੈਗਾ ਪੰਜਾਬ ਦੀ ਗੱਲ ਕਰੀ ਪੰਜਾਬ 'ਚ ਵੀ ਹੈਗਾ ਵੀ ਹੁਣ ਸਾਇੰਸਦਾਨਾਂ ਨੇ ਮਿਹਨਤ ਕੀਤੀ ਐ ਨਹੀਂ ਸਾਇੰਸਦਾਨਾਂ ਦੀ ਮਿਹਨਤ ਐ ਇੱਕ ਦਿਨ ਦੀ ਨਹੀਂ ਹਜ਼ਾਰਾਂ ਸਾਇੰਸਦਾਨਾਂ ਦੇ ਲੱਗੇ ਹੋਏ ਆ ਕਿੰਨੇ ਸਮੇਂ ਤੋਂ ਲੱਗੇ ਹੋਏ ਆ ਹੁਣ ਜੇ ਹੁਣ ਪ੍ਰਧਾਨ ਮੰਤਰੀ ਤੁਸੀਂ ਉਹ ਮੌਕੇ ਦੇ ਕਿਸੇ ਵੀ ਪਾਰਟੀ ਦੇ ਹੈਗੇ ਤੇ ਉਹ ਸਾਰਾ ਕ੍ਰੈਡਿਟ ਲੈਣਾ ਆਪ ਤੇ ਨਾਲ ਨਾਲ ਉਹ ਫਿਰ ਉੱਥੇ ਵੀ ਧਰਮ ਵਾਰ ਦੇਣਾ ਤਾਂ ਇਹ ਕਿੰਨੀ ਕੁ ਸਿਆੰਤ ਦੀ ਗੱਲ ਆ ਇਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਤੇ ਦੂਜੇ ਪਾਸੇ ਇੱਕ ਹੋਰ ਸਮਝਾ ਹੋ ਗਿਆ ਬ੍ਰੇਕ ਦਾ ਇੱਕ ਹੋਰ ਖਬਰ ਇਹ ਹੈ ਕਿ ਇੱਕ ਬੀਬੀ ਕੋਈ ਸੀ ਐਮ ਐਲ اے ਆਮ ਆਦਮੀ ਪਾਰਟੀ ਦੀ ਉਹ ਸੂਟ ਸਵਾਉਣ ਗਈ ਕਿਤੇ ਮੁਹਾਲੀ ਕੋਈ ਬੁਟੀਕ ਹੈ ਸੂਟ ਮਹਿੰਗਾ ਹੋਊਗਾ ਭਾਈ ਐਮ ਐਲ اے ਬੀਬੀ ਮੈਨੂੰ ਲੱਗਦਾ ਖਰੜਾ ਜੀ ਨਾ ਹੋਵੇ ਕਿਤੇ ਜਿਹੜਾ ਬਾਬਾ ਰੌਲਾ ਪਿਆ ਪਰ ਸ਼ੋਰ ਨਹੀਂ ਕਿਹੜੀ ਹੈ ਕਿਉਂਕਿ ਉਹ ਪਹਿਲਾਂ ਹੀ ਮਹਿੰਗੇ ਸੂਟ ਪਾਉਂਦੇ ਨੇ ਜਦੋਂ ਗਾਇਕੀ ਵਿੱਚ ਸੀਗੇ ਤੋ ਉਹਨੇ ਸਵਾਈ ਮੰਗੀ ਸੀਣ ਵਾਲੀ ਬੀਬੀ ਨੇ ਬੁਟੀਕ ਵਾਲੀ ਨੇ 50000 ਸਵਾਈ ਉਹਦੀ ਮੰਗੀ ਐਮਐਲ ਨੇ ਲਾਇਆ ਹਿਸਾਬ ਇੱਕ ਸੂਟ ਦੇ 50000 ਰੁਪਏ ਲੈਂਦੀ ਇਹ ਤੇ ਜੇ ਮਹੀਨੇ ਚ ਐਨੇ ਸੂਟ ਵੀ ਸਿਉਦੀ ਹੋਈ ਤੇ ਇਹਨੂੰ ਐਨੇ ਨਾਲ ਗੁਣਾ ਕਰ ਲੋ ਤਾਂ ਮਹੀਨੇ ਦੀ ਇਹਦੀ ਕਮਾਈ ਐਨੇ ਕਰੋੜ ਬਣ ਗਈ ਤੇ ਉਹਨੇ ਕਰੋੜ ਦਾ ਟੈਕਸ ਬਣਦਾ 16 ਲੱਖ ਰੁਪਈਆ ਇੱਕ ਸਾਲ ਦਾ 16 ਲੱਖ ਰੁਪਈਆ ਉਹਨੇ ਆ ਕੇ ਫਿਰ ਆਪਣੇ ਮੰਤਰੀ ਮੰਡਲ ਤੇ ਰੱਖੀ ਗੱਲ ਜਾਂ ਹੋ ਸਕਦਾ ਕਿਸੇ ਐਮਐਲਏ ਦੀ ਘਰਵਾਲੀ ਹੋਵੇ ਉਹਨੇ ਆ ਕੇ ਉਹਦੇ ਕੋਲ ਗੱਲ ਰੱਖੀ ਕਿ ਭਾਈ ਬੁਟੀਕ ਵਾਲੀਆਂ ਤਾਂ ਇੰਨਾ ਪੈਸਾ ਕਮਾਉਂਦੀਆਂ ਟੈਕਸ ਟੂਕਸ ਦਿੰਦੀਆਂ ਕੋਈ ਉਹ ਕਹਿੰਦਾ ਜੀ ਹੁਣ ਜਿੱਥੇ ਵੀ ਟੈਕਸ ਬਣਦਾ ਕੋਈ ਵੀ ਬੰਦਾ ਕੰਮ ਕਰਦਾ ਤੇ ਉਹਨੂੰ ਟੈਕਸ ਦੇਣਾ ਪਊਗਾ ਚਾਹੇ ਉਹ ਬੁਟੀਕ ਵਾਲੇ ਨੇ ਚਾਹੇ ਹੋਰ ਨੇ ਕੈਸ਼ ਕੰਮ ਜਿਹੜਾ ਕੈਸ਼ ਦਾ ਕੰਮ ਹੈ ਉਹਨੂੰ ਪੰਜਾਬ ਦੇ ਵਿੱਚੋਂ ਬੰਦ ਕੀਤਾ ਜਾਊਗਾ ਵੈਸੇ ਤਾਂ ਇਧਰਲੇ ਮੁਲਕਾਂ ਵਾਂਗੂ ਦੇਖਿਆ ਜਾਵੇ ਤੇ ਆਪਾਂ ਕੈਸ਼ ਦੇ ਇਹ ਚਾਹੇ ਤੇ ਚਾਹੇ ਕਾਰਡ ਤੋਂ ਦਈਏ ਤੇ ਉਹ ਰਸੀਦ ਦੇ ਉੱਪਰ ਬਾਕੀ ਜਿਹੜਾ ਟੈਕਸ ਜਾਉ ਹੁੰਦਾ ਹੀ ਹੁੰਦਾ ਕੁਝ ਵੀ ਕਰਦੇ ਐ ਖੈਰ ਇੱਧਰ ਵੀ ਆਪਣੇ ਜਿਹੜੇ ਪੰਜਾਬੀ ਨੇ ਬੁਟੀਕ ਵਾਲਿਆਂ ਦੀ ਗੱਲ ਕਰ ਲਈ ਕਪੜੇ-ਕਪੜੇ ਸੀ ਨਾਲੇ ਉਹ ਤਾਂ ਨਹੀਂ ਲੈਂਦੇ ਜਿਹੜੇ ਚੈੱਕ ਚੁੱਕ ਹੈਗਾ ਜਾਂ ਕ੍ਰੈਡਿਟ ਕਾਰਡ ਨਹੀਂ ਲੈਂਦੇ ਆਪਣੇ ਬਹੁਤ ਸਾਰੇ ਹੇਅਰ ਕਟਿੰਗ ਵਾਲੇ ਵੀ ਇੱਥੇ ਹੈਗੇ ਨੇ ਜਿਹੜੇ ਕੈਸ਼ ਹੀ ਲੈਂਦੇ ਨੇ ਹੋਰ ਕੁਝ ਨਹੀਂ ਦਿੰਦੇ